ਕਰੇ ਦੀ ਬੈਠੀ ਚੁੱਪ ਅਕੇਲੀ ਬੈਠਿਆ ਮੈਂ ਕਹਿੰਦਾ ਪੈਂ ਦੁਕਾਨ ਤੇ ਕਹਿੰਦਾ ਪੈਂ ਦੁਕਾਨ ਤੇ ਮੈਂ ਦੁਕਾਨ ਤੋਂ ਵੱਲਾਂ ਤਾਂ ਆਪਾਂ ਗੱਲਾਂ ਮੈਂ ਨੱਡੇ ਵੇ ਹਾਂ ਹਾਂ ਖਿਦਮਤ ਕਰੇ ਸਾਂ ਖਿਦਮਤਾਂ ਥਈਆਂ ਪਈਆਂ ਅੱਬਾ ਕੀ ਹਾਲ ਏ ਖੈਰ ਤਕੜਾ ਪਿਆ ਕੌਣ ਹੈ ਪੁੱਠੀ ਬਾ ਮੈਂ ਡਿਊਟੀ ਤੇ ਵੈਂਦਾ ਪਿਆ ਮੈਂ ਅੱਬੇ ਦਾ ਹਾਲ ਚਾਈ ਵੰਨਾ ਕਿਹੜੇ ਬੰਦਾ ਪਿਆ ਡਿਊਟੀ ਤੇ ਜੀ ਮੈਂ ਦੇ ਕੁਛਾਂ ਕਿਧਿਆ ਸੇ ਕੇ ਸ਼ਾਨ ਨਹੀਂ ਹੈ ਸਜਲਾ ਪਕੋੜਾਂ ਦਾ ਤੇ 340 ਸਮੋਸਾ ਅੱਛਾ ਔਰ ਅਤਰ ਤੇ ਆਲੂ ਬਖਾਲ ਲੈਣੋਂ ਦੇ ਉਹ ਕਿ ਧਿਆਨ ਮੈਂ ਦੀ ਗੱਲ ਸੁਣ ਨਾ ਮੈਂ ਦੀ ਤੂੰ ਪਿਛਲੀ ਉਮਰਾਂ ਲਸਤਾਂ ਚ ਆਣਾ ਓਕਾ ਬੱਚਾ ਦਿਲ ਜਵਾਨ ਹੁੰਦਾ ਵੱਡਾ ਨਹੀਂ ਥਿੰਦਾ ਇਹ ਤਾਂ ਹੈ ਤੇ ਮੈਂ ਪਰਲ ਗਿੱਧੀ ਆ ਸਾਂ ਇਹ ਨਾਮ ਹੈ ਠੀਕ ਹੋ ਗਿਆ ਨਰੀ ਕੋ ਬਾਣੀ ਦਾ ਗੋਲਡੇ ਹੁਣ ਅਖਬਾਰ ਆ ਸ਼ਾਂਦੀ ਉੱਥਾ ਮੈਂਦਾ ਪੈ ਨਿਜ਼ਾਮ ਪਾਣੀ ਦਾ ਗੋਲਡ ਸਾਰ ਕਿਉਂ ਨਹੀਂ ਦਿਵਾਈ ਸਾਰ 24 ਘੰਟੇ ਸਿਰ ਖਾਦੀ ਪਿਆ ਤੂੰ ਤਾਂ ਮੇਰਾ ਮੇਰੀ ਐਂਡ ਚੱਲਦੀ ਵੇ ਕੋ ਪਾਣੀ ਦਾ ਗੋਲਡ ਆਏ ਪਤਾ ਨਹੀਂ ਦੋਸਤ ਕਿਲੇ ਗਿਆ ਕੋਈ ਨਹੀਂ ਪਾਣੀ ਛਾਣੀ ਕੋਈ ਨਹੀਂ ਪਾਣੀ ਛਾਣੀ ਇੱਥੇ ਵਾ ਕਿਆ ਗੱਦੀ ਕਿਨਾਰ ਦਾ ਮੈਂ ਤਾਂ ਛੋੜਾ ਪਾਣੀ ਨਹੀਂ ਪੀਲੈਂਦੀ ਤਾਂ ਕਿਆ ਕੰਨੇ ਕਿਨਾਰ ਦਾ ਮੈਂ ਤਾਂ ਛੋੜਾ ਕਿੱਦੇ ਛੋੜਾ ਮਾਈ ਕਿੱਦੇ ਕ ਵਸਾਂ ਵਾਲਾ ਥਾਵੇ ਮਾਨ ਕਿ ਨਹੀਂ ਮੂਹ ਰੱਖ ਮਾਨ ਵਾਲ ਸਾਰਾ ਤਾਂ ਹਾਂ ਖਾਦੀ ਪੈ ਚੇ ਵੀ ਆਈ ਦੋ ਸਾ ਬਚਾਉਂਦਾ ਤਾਂ ਮਸਲ ਗੱਲ ਕਰੇ ਨਾ ਅਸਾਂ ਤੇਰਾ ਕੋਠੇ ਕਰੀ ਜਾ ਮੇਰੇ ਜਣੇ ਦੀ ਤਾਂ ਸਾਰੀ ਕਮਾਈ ਤੂੰ ਖਾਦੀ ਵੈਣਾ ਹੈ ਚਾਹ ਬਣਾ ਰੱਖੀ ਆਈ ਚਾਹ ਤਾਂ ਬਣਾ ਰੱਖੀ ਮੈਂ ਸੇ ਅੱਬੇ ਨੂੰ ਕਿਨੇ ਛੋੜਾ ਮੈਂ ਆਏ ਗਏ ਮਹਿਮਾਨ ਦਾ ਸਿਰ ਖਾਦੀ ਪਿਆ ਤੇ ਥੂ ਥੂ ਲਗਾ ਪਿਆ ਮੰਜੇ ਤੇ ਥੁੱਕਾ ਸਟਿਆ ਨਾ ਤੂੰ ਕਤਰ ਕਾਈ ਪਿਆ ਅੱਛਾ ਠੀਕ ਹੋ ਗਿਆ ਹੋਰ ਤਾਂ ਸਿਰ ਕਿਨੇ ਗਾਲ ਸਿਰ ਗਾਲ ਇਜ਼ਾ ਕਿਨੇ ਮੈਂ ਤਾਂ ਗਲੇ ਸਾਂ ਚ ਥੋੜਾ ਹੋਰ ਹੁਕਮ ਹੈ ਤਾਂ ਦਸਾਓ ਕੋਈ ਹੋਰ ਹੁਕਮ ਕੋਨੀ ਇਸੇ ਦਾ ਕਿਨੇ ਮੋੜ ਕਾਢੋ ਠੀਕ ਹੋ ਗਿਆ ਜੀ ਹੋਰ ਹੁਕਮ ਕੋਨੀ ਤੇਰੀ ਸਾਰੀ ਕਮਾਈ ਹੈ ਖਾਦੀ ਵੇਨੇ ਇਸੇ ਅੱਬੇ ਨੂੰ ਕੱਢ ਬਾਹਰ ਨਹੀਂ ਤਾਂ ਮੈਂ ਪੇਕੇ ਵੀ ਨਹੀਂ ਹਾਂ ਚਲੋ ਠੀਕ ਮੈਂ ਨਹਿਰੇ ਧਿੱਕਾ ਦਿਆ ਸਾਂ ਹੋਰ ਦਸਾ ਹਾਂ ਇਸ ਦਾ ਮੋੜ ਕੱਢ ਨਵਾਂ ਉਸ ਨੂੰ ਮੈਂ ਧਿੱਕਾ ਦਿਆ ਨਾ ਟੈਨਸ਼ਨ ਨਾ ਗਿੰਦ ਜੰਗਲ ਵਿੱਚ ਗਿਆ ਪਿਆ ਮੈਂ ਪਰਤੇ ਪਿਤਕਾ ਛੋੜ ਸਾਂ ਆਸ ਟੈਨਸ਼ਨ ਕਿਉਂ ਨਹੀਂ ਇਸ ਨੂੰ ਆ ਛੋੜ ਕੇ ਆਵੇ ਨਹੀਂ ਤਾਂ ਆਪ ਹੀ ਘਰ ਨਾ ਬਲੇ ਆਪ ਹੀ ਕਿਤੇ ਰੱਖ ਜਾ ਵਾਂ ਵਾਂ ਹਾਂ ਬਾ ਆਖਰੀ ਮਰਨ ਤੇ ਫੈਸ਼ ਮੈਂ ਕੋ ਦਸਾ ਜਾ ਤੂੰ ਕਿਹ ਤੂੰ ਸੁਣਦਾ ਪਿਆ ਮੇਰੀ ਗੱਲ ਤਾਂ ਸੁਣ ਬੱਚਾ ਮੋ ਟਾਈਮ ਮਰਨ ਦੀ ਖੁਆਇਸ਼ ਪੁੱਛ ਕੀ ਤੀ ਮੇਰੇ ਕੋਲ ਜੀ ਜੀ ਆ ਅਗਲਾ ਬਾਤ ਬੰਦ ਬਾਸੀ ਕਰਾਂ ਨਾ ਤੁਹਾਡਾ ਮੇਰੀ ਗੱਲ ਸੁਣਨਾ ਇਹ ਮੈਂ ਤਾਂ ਐਨਕ ਚਾਹ ਕੇ ਦੇਂਦਾ ਪਿਆ ਹੁਣ ਨਾ ਢਾਵੇ ਤੇਰੇ ਕੋਲ ਐਨਕ ਦੀ ਸਾਡੇ ਕੇ ਤਰੋ ਟੁੱਕ ਨਹੀਂ ਵਿਖਣਾ ਰੇ ਬੱਚਾ ਬਸ ਗਿੰਨੇ ਆ ਬਸ ਮਰਨ ਦੀ ਮੇਰੀ ਖੁਆਇਸ਼ ਹੈ ਭਈ ਮੈਨੂੰ ਤੂੰ ਅੱਧਾ ਘੰਟਾ ਦੇ ਅੱਛਾ ਮੈਂ ਤੇਰੇ ਘਰ ਆਉਂਦਾ ਪਿਆ ਆਪਣੇ ਮਿੰਜਤ ਬਸਾਂ ਉੱਥੇ ਮੈਂ ਤੇਰੇ ਮਰਨ ਦੀ ਖੁਆਇਸ਼ ਕਿਹੜੀ ਹੈ ਅੱਧਾ ਘੰਟਾ ਟਾਈਮ ਦੇ ਫਿਕਸ ਅੱਧਾ ਘੰਟਾ ਮੈਂ ਤਾਂ ਆਦਾ ਚਲੋ ਅੱਧਾ ਘੰਟਾ ਠੀਕ ਮੈਂ ਸੋਚਣ ਦੇ ਮਰਨ ਦਾ 12 ਮਿੰਟਾਂ ਸਕਿੰਟਾਂ ਠੀਕ ਮੈਂ ਆਇਆ ਹੁਣ ਟਬਰੀ ਨਹੀਂ ਬਾਉਂਦੇ ਨਹੀਂ ਕੋਈ ਘਰ ਠੀਕ ਠੀਕ ਮੈਂ ਆਇਆ ਵਾਹ ਜੀ ਵਾਹ ਤਾਂ ਸਿਆਣੇ ਬੰਦੇ ਜੰਗਲਾਂ 'ਚ ਪੈ ਨਹੀਂ ਨਾ ਲੱਗਿਆ ਲਿਓ ਸਾਲਾ ਖੈਰ ਹੋਵੇ ਖੈਰ ਆਓ ਨਾ ਅੱਛਾ ਮਨ ਸਮਝ ਗਿਆ ਇੱਕ ਹਨ ਪੈਸੇ ਠੀਕ ਹੈ ਪੁੱਤ ਨੂੰ ਨਾ ਖਾਲੀ ਦਿਖਾ ਕੇ ਤੇ ਜੇਬ ਵਿੱਚ ਪਾ ਦੇਣੇ ਦੇਵਣੇ ਨਹੀਂ ਨਾ ਦੇਵਣੇ ਨਹੀਂ ਇੰਜ ਕਰ ਇੰਜ ਇੰਜ ਦਿਖਾ ਕੇ ਨਾ ਮਤ ਇੰਜ ਕਰਕੇ ਜੇਬ ਵਿੱਚ ਪਾਵੇਂ ਉਸ ਨੂੰ ਦੱਸੇ ਨਹੀਂ ਵੀ ਕੈ ਆਣ ਦੇ ਤੈਨ ਮਤ ਮੈਨੂੰ ਘਰ ਨੋ ਬਾਵਣੇ ਸੀ ਠੀਕ ਹੈ ਉਹ ਕਾ ਤੂੰ ਵੀਆਈਪੀ ਸੀ ਵੈਸੇ ਠੀਕ ਹੈ ਲਾ ਕੇ ਸ਼ੁਕਰੀਆ ਹਾਂ ਆ ਗਿਆ ਅੱਬੇ ਤੇ ਕੀ ਕੀਤੇ ਮੈਂ ਦੇ ਆਇਆ ਅੱਧੇ ਘੰਟੇ ਦਾ ਟਾਈਮ ਅੱਛਾ ਉਸ ਆਖਿਆ ਮੈਂ ਅੱਧੇ ਘੰਟੇ ਦੇ ਬਾਅਦ ਤੈਨੂੰ ਸੋਚ ਕੇ ਸਾਰੀ ਗੱਲ ਦੱਸਾ ਦੇਸਾਂ ਭਈ ਕਿਹੜੀ ਖੈਸ਼ ਹੈ ਮੇਰੀ ਮੈਂ ਤਾਂ ਨਾ ਬਾਈ ਗਿਆ ਆਹ ਨੋ ਸਲਾਮ ਕੀ ਹਾਲ ਹੈ ਬਾ ਚਲੇ ਬਾ ਉੱਤੇ ਨਾ ਬਾਵਾ ਨਾ ਚਲੇ ਸਾਲਨ ਸਿੰਘ ਹੈ ਬੱਚਾ ਹਾਂ ਕੀ ਸੋਚਾਈ ਅੱਧੇ ਘੰਟੇ ਦਾ ਟਾਈਮ ਦਿੱਤਾ
मेरी गल सुनना, मेरी गल सुनना। तेरे अबे दे कोल अजकल पैसे आ गए ढेर को। अच्छा। बैंक च बहुत सारे खलन पैसे से, तो मैं तो दाना इसनु ना कोल रख के ना। ये गल ठीक है। आबा मेरी गल सुनना, तू बा मंजे ते। क्यों मगे तने तले बुलाए यार? तू मंजे ते तबा रे खाना। तू मेरी गल सुन ना। मैं चाह बने नहीं। अच्छा तू चाह बना क्या ना? मैं चाह बने। अरे बड़ा खिदमत करे ते पियो तू। मैं चाह बना। मैं चाह बने। अच्छा तू मेरी गल घन सुन। अच्छा हुन तू सारे घर द। अच्छा तू सारे ठीक है घर दिया वडेरे ठीक है। हुन तू सा पास सो हुन असा कमा के तैनु दिसा। हुन तू के मंजे ते बा के खा, खिदमत तेडियां करसा, चाइया तेने पिलसा, सारे कम करसा। तू खाली ते मंजे ते बावणे ठीक हो गया? ठीक है जी। और अच्छा चलो मेरे हुन चाह दा पता करे ना। मालकन घर ते चाह घेना आबे जी कने पैक करके चाह पिला दे। हां मैं चाह के दिया नहीं। अच्छा अच्छा आज मैं ता दा अबे दा दिल खुश कर लेवा ता तक कड़कदार चाय पीवे ता। ये वीडियो बनाने का मकसद है बाप को पैसों की लालच पर घर रखना पड़ा। अगर वीडियो अच्छी लगे तो शेयर लाजमी कर दे।